ਅਪੈਕਸ ਕਲਸਟਰ ਡਿਵੈਲਪਮੈਂਟ ਸਰਵਿਸਿਜ਼ ਵੱਲੋਂ ਇੱਕ ਸਮਾਗਮ ਸਥਾਨਕ ਹੋਟਲ ਵਿਖੇ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਿਲਾਈ ਮਸ਼ੀਨ ਉਦਯੋਗ ਨਾਲ ਸੰਬੰਧਿਤ ਤਿੰਨ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਐਨਰਜੀ ਐਫੀਸ਼ੀਐਂਸੀ ਅਤੇ ਫਾਈਨਾਂਸ ਸਕੀਮਜ਼ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਗਬੀਰ ਸਿੰਘ ਸੋਖੀ, ਐਸਐਸ ਬੇਦੀ ਅਤੇ ਅਪੈਕਸ ਚੈਂਬਰ ਆਫ ਕਲਸਟਰ ਦੇ ਹੈੱਡ ਮਿਸਟਰ ਰਾਜਵੀਰ ਨੇ ਦੱਸਿਆ ਕਿ ਇੰਡਸਟਰੀ ਨੂੰ ਲੋੜ ਹੈ ਐਨਰਜੀ ਸੇਵ ਦੀ। ਜੇਕਰ ਇੰਡਸਟਰੀ ਐਨਰਜੀ ਸੇਵ ਕਰੇਗੀ ਤਾਂ ਕੋਸਟ ਆਫ ਪ੍ਰੋਡਕਸ਼ਨ ਘਟੇਗੀ। ਇਸ ਵਾਸਤੇ ਇਹ ਪ੍ਰੋਗਰਾਮ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗਾ। ਸਰਦਾਰ ਸੋਖੀ ਅਤੇ ਬੇਦੀ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਉਦਯੋਗ ਦੀ ਬਿਹਤਰੀ ਲਈ ਲਾਗੂ ਕੀਤੀਆਂ ਜਾ ਰਹੀਆਂ ਲਾਭਪਾਤਰੀ ਸਕੀਮਾਂ ਦਾ ਸਾਨੂੰ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। MSME ਸੈਕਟਰ ਦੀ ਸਮੁੱਚੀ ਇੰਡਸਟਰੀ ਦੀ ਬਿਹਤਰੀ ਲਈ ਔਰ ਸਾਡੇ ਲੁਧਿਆਣੇ ਦੇ ਸਮਾਲ ਸਕੇਲ ਦੇ ਸਨਅਤਕਾਰਾਂ ਨੂੰ ਸਰਕਾਰ ਦੀਆਂ ਸਮੇਂ ਸਮੇਂ 'ਤੇ ਆਉਂਦੀਆਂ ਸਹੂਲਤਾਂ ਨਾਲ ਜਾਗਰੂਕ ਕਰਨ ਲਈ ਔਰ ਉਹਨਾਂ ਦੇ ਬਿਜ਼ਨਸ ਨੂੰ ਹੋਰ ਸਮੂਥ ਕਰਨ ਦੇ ਲਈ ਇਹ ਮੀਟਿੰਗਾਂ ਦਾ ਆਯੋਜਨ ਕੀਤਾ ਜਾਂਦਾ। ਅੱਜ ਰਾਜਵੀਰ ਜੀ ਜਿਹੜੇ ਅਪੈਕਸ ਚੈਂਬਰ ਆਫ ਕਲਸਟਰ ਦੇ ਜਿਹੜੇ ਹੈੱਡ ਨੇ ਔਰ ਉਹਦੇ ਨਾਲ ਸਾਡੇ ਐਸਐਸ ਬੇਦੀ ਜੀ ਜਿਹੜੇ ਸਾਡੇ ਐਕਸ ਅਸਿਸਟੈਂਟ ਡਾਇਰੈਕਟਰ ਨੇ MSME ਦੇ ਔਰ ਸੂਈ ਮਸ਼ੀਨ ਡਿਵੈਲਪਮੈਂਟ ਕਲਸਟਰ ਦੇ ਸਹਿਯੋਗ ਨਾਲ ਇਸ ਇਲਾਕੇ ਦੇ ਛੋਟੇ ਸਨਅਤਕਾਰਾਂ ਦੀ ਬਿਹਤਰੀ ਲਈ ਵੱਖ ਵੱਖ ਸਕੀਮਾਂ ਉਹਨੂੰ ਦੱਸੀਆਂ ਗਈਆਂ ਔਰ ਜੋ ਉਹਨਾਂ ਨੂੰ GST ਨਾਲ ਸੰਬੰਧਿਤ, ਬੈਂਕਿੰਗ ਨਾਲ ਸੰਬੰਧਿਤ ਜਾਂ ਟੈਕਨੋਲੋਜੀ ਅਪਗ੍ਰੇਡੇਸ਼ਨ ਨਾਲ ਸੰਬੰਧਿਤ ਸਮੱਸਿਆਵਾਂ ਆ ਰਹੀਆਂ ਉਹਨਾਂ ਕੋਲੋਂ ਦੀ ਫੀਡਬੈਕ ਵੀ ਲਈ ਜਾ ਰਹੀ ਹੈ ਔਰ ਲੈ ਕੇ ਸਾਡਾ ਮਕਸਦ ਇੱਕੋ ਇੱਕ ਹੈ ਕਿ ਜਿਹੜੀ ਸਾਡੀ ਬ੍ਰੇਨ ਡਰੇਨ ਹੋ ਰਹੀ ਹੈ, ਸਾਡਾ ਯੰਗ ਬੱਚਾ ਕੈਨੇਡਾ ਅਮਰੀਕਾ ਨੂੰ ਭੱਜਿਆ ਜਾ ਰਿਹਾ, ਉਸ ਬ੍ਰੇਨ ਡਰੇਨ ਨੂੰ ਰੋਕ ਕੇ ਉਹਨਾਂ ਨੂੰ ਬਿਹਤਰ ਐਂਟਰਪ੍ਰੀਨਿਓਰ ਬਣਾ ਸਕੀਏ, ਸਾਡਾ ਇਹ ਅੱਜ ਦੇ ਪ੍ਰੋਗਰਾਮ ਦਾ ਮੁੱਖ ਮਨੋਰਥ ਇਹ ਹੈ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਅਸੀਂ ਰੱਖਿਆ ਇੱਥੇ, ਤਿੰਨ ਐਸੋਸੀਏਸ਼ਨ ਇਹ 'ਚ ਇਨਵੋਲਵ ਕੀਤੀਆਂ, ਅਸੀਂ ਰਿਕੁਐਸਟ ਕੀਤੀ ਸੀ, ਜਿਹਦੇ ਵਿੱਚ ਮਾਈਕਰੋ ਸਮਾਲ ਐਂਡ ਬਿਜ਼ਨਸ ਐਸੋਸੀਏਸ਼ਨ, ਲੁਧਿਆਣਾ ਸੂਈ ਮਸ਼ੀਨ ਇੰਡਸਟਰੀ ਐਸੋਸੀਏਸ਼ਨ ਅਤੇ ਸੂਈ ਮਸ਼ੀਨ ਡਿਵੈਲਪਮੈਂਟ ਕਲੱਬ। ਇਹ ਜਿਹੜਾ ਪ੍ਰੋਗਰਾਮ ਹੈ ਇਹ ਐਨਰਜੀ ਐਫੀਸ਼ੈਂਸੀ ਦੇ ਉੱਤੇ ਅਤੇ ਫਾਈਨੈਂਸ਼ੀਅਲ ਸਕੀਮ ਦੇ ਬਾਰੇ ਦੱਸਿਆ ਗਿਆ, ਕਿਉਂਕਿ ਇੰਡਸਟਰੀ ਨੂੰ ਲੋੜ ਹੈ ਕਿ ਆਪਣੀ ਐਨਰਜੀ ਦੇ ਜਿਹੜੀ ਹੈ ਉਹਨੂੰ ਕਿਵੇਂ ਸੇਵ ਕੀਤਾ ਜਾ ਸਕੇ, ਕਿ ਜਿਵੇਂ ਇੰਡਸਟਰੀ ਐਨਰਜੀ ਸੇਵ ਕਰੇਗੀ ਤਾਂ ਸਾਡੀ ਜਿਹੜੀ ਕੋਸਟ ਆਫ ਪ੍ਰੋਡਕਸ਼ਨ ਹੈ ਇੰਡਸਟਰੀ ਉਹ ਘਟੇਗੀ। ਇਹਦੇ ਵਾਸਤੇ ਪੂਰੀ ਅੱਜ ਇਹਨਾਂ ਨੂੰ ਸਾਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਹੀ ਜੋ ਫਾਈਨੈਂਸ਼ੀਅਲ ਸਕੀਮਸ ਨੇ ਗਵਰਨਮੈਂਟ ਆਫ ਇੰਡੀਆ ਦੀਆਂ, ਚਾਹੇ ਉਹ ਕ੍ਰੈਡਿਟ ਗਰੰਟੀ ਟਰੱਸਟ ਫੰਡ ਦੀ ਸਕੀਮ ਹੈ 2 ਕਰੋੜ ਰੁਪਏ ਤੱਕ ਜਿੱਥੇ ਲੋਨ ਮਿਲਦਾ ਉਹਦੇ ਬਾਰੇ ਗਾਈਡ ਕੀਤਾ ਗਿਆ, CDB ਦੀ ਸਕੀਮ ਬਾਰੇ ਗਾਈਡ ਕੀਤਾ ਗਿਆ, ਹੋਰ ਸਕੀਮਾਂ ਦੇ ਬਾਰੇ ਵੀ ਇਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਫਾਈਨੈਂਸ਼ੀਅਲ ਅਸਿਸਟੈਂਸ ਲੈ ਕੇ ਇਹ ਆਪਣੀ ਇੰਡਸਟਰੀ ਨੂੰ ਜ਼ਿਆਦਾ ਪ੍ਰਫੁੱਲਤ ਕਰ ਸਕਦੇ ਨੇ ਅਤੇ ਕਿਸ ਤਰ੍ਹਾਂ ਆਪਣੀ ਐਨਰਜੀ ਨੂੰ ਸੇਵ ਕਰਕੇ ਆਪਣੀ ਕੋਸਟ ਆਫ ਪ੍ਰੋਡਕਸ਼ਨ ਨੂੰ ਘਟਾ ਸਕਦੇ ਨੇ ਅਤੇ ਵਰਲਡ ਦੇ ਵਿੱਚ ਇੰਟਰਨੈਸ਼ਨਲੀ ਉਹ ਇੱਕ ਕੰਪੀਟੀਸ਼ਨ ਕਰ ਸਕਦੇ ਨੇ। ਇਹ ਸਾਰੇ ਪ੍ਰੋਗਰਾਮ ਦਾ ਅੱਜ ਤੋਂ ਮੁੱਦਾ ਸੀਗਾ। ਇਹ ਅਪੈਕਸ ਕਲਸਟਰ ਜੋ ਡਿਵੈਲਪਮੈਂਟ ਸਰਵਿਸ ਹੈ ਉਹਨਾਂ ਵੱਲੋਂ ਕੀਤਾ ਗਿਆ, ਜਿਹਦਾ ਕਿ ਮੈਂ ਇਹ ਕੋਆਰਡੀਨੇਟ ਕੀਤਾ ਸਾਰੇ ਪ੍ਰੋਗਰਾਮ ਨੂੰ। ਅੱਜ ਕਾ ਜੋ ਪ੍ਰੋਗਰਾਮ ਥਾ ਵੋ ISTSL ਸਪੋਂਸਰਡ ਪ੍ਰੋਗਰਾਮ ਥਾ, ਇਸਮੇ ਯੈਸ ਬੈਂਕ ਕਾ ਜੋ CSR ਇਨੀਸ਼ੀਏਟਿਵ ਹੈ ਵੋ ਔਰ ਜੋ ਸਿਡਬੀ ਸਪੋਂਸਰਡ ISTSL ਔਰਗਨਾਈਜੇਸ਼ਨ ਹੈ ਵੋ ਐਨਰਜੀ ਐਫੀਸ਼ੈਂਸੀ ਪੇ ਕਾਮ ਕਰ ਰਹੇ ਹੈ, ਤੋ ਉਨਕੀ ਇੱਕ 4E ਸਕੀਮ ਹੈ ਜਿਸਮੇ ਵੋ ਮਾਈਕਰੋ ਸਮਾਲ ਐਂਡ ਮੀਡੀਅਮ ਇੰਟਰਪ੍ਰਾਈਜ਼ਸ ਕੋ ਸਪੋਰਟ ਕਰਤੇ ਹੈ, ਤੋ ਇਸਮੇ ਹਮਨੇ ਬਤਾਇਆ ਕਿ ਕਿਆ ਸਕੀਮ ਹੈ ਔਰ ਕੈਸੇ ਐਨਰਜੀ ਐਫੀਸ਼ੈਂਸੀ ਉਨਕੋ ਬੈਨੀਫਿਟ ਹੋ ਸਕਤਾ ਹੈ ਔਰ ਕਾਫੀ ਅੱਛਾ ਰਿਸਪੋਂਸ ਰਹਾ ਪਾਰਟੀਸਪੈਂਟਸ ਕਾ ਔਰ ਉਮੀਦ ਹੈ ਕਿ ਕਾਫੀ ਲੋਕ ਆਗੇ ਚਲ ਕੇ ਇਸਕੋ ਐਨਰਜੀ ਐਫੀਸ਼ੈਂਸੀ ਕੋ ਆਪਣੇ ਫੈਕਟਰੀਜ਼ ਮੇ ਅਡੋਪਟ ਵੀ ਕਰੇਂਗੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੌਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।